ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਆ? ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸ਼ਾਹ। ਉਮੀਦ ਆ ਕਿ ਸਾਰੇ ਭਰਾ ਜਿਹੜੇ ਸਾਡੇ ਖੈਰੀਅਤ ਨਾਲ ਹੋਣਗੇ। ਅਤੇ ਲੁੱਡਣ ਮੰਡੀ ਅੱਜ ਆਏ ਹਾਂ ਅਤੇ ਲੁੱਡਣ ਮੰਡੀ ਦੇ ਵਿੱਚ ਸਾਨੂੰ ਟੱਕਰੇ ਨੇ ਇਰਫਾਨ ਭਾਈ, ਹਫੀਜ਼ ਭਾਈ। ਹਫੀਜ਼ ਭਾਈ, ਕੀ ਹਾਲ ਚਾਲ? ਅੱਲਾਹ ਦਾ ਸ਼ੁਕਰ ਹੈ ਭਾਈ, ਠੀਕ ਹੋ? ਹੋਰ ਸੁਣਾਓ, ਕੰਮ ਸ਼ਾਮ ਕਿਵੇਂ ਚੱਲ ਰਿਹਾ? ਕੰਮ ਠੀਕ ਹੈਗਾ, ਮਾਸ਼ਾਅੱਲਾ। ਮਾਲ ਵੀ ਚੰਗਾ ਸੇਲ ਹੋ ਰਿਹਾ ਅਤੇ ਮਾਲ ਆ ਪੰਜਾਬ ਵੀ ਅੱਛਾ, ਇੱਕ ਨੰਬਰ ਲਿਆ, ਇੱਕ ਨੰਬਰ ਮਾਲ ਲਿਆ। ਸਾਹੀਵਾਲ ਹੋਵੇਗਾ, ਰੀਜਨ ਚੋਲਸਤਾਨੀ ਹੋਵੇਗਾ, ਜਿਹੜਾ ਜਿਹੜਾ ਕਹਿਤਾ ਉਹ ਹੋਏਗਾ, ਉਹ ਹੋਵੇਗਾ ਜਾਨਵਰ, ਜਿਹੜਾ ਕਿਸੇ ਨੂੰ ਦਿਲ ਚਾਹੇ ਉਹ ਸਾਨੂੰ। ਅੱਛਾ, ਔਨਲਾਈਨ ਤੁਸੀਂ ਭੇਜ ਰਹੇ ਹੋ, ਅਸੀਂ ਮੋਸਟਲੀ ਵੀਡੀਓਜ਼ ਵੀ ਇਹਨਾਂ ਦੀਆਂ ਚੈਨਲ 'ਤੇ ਲਾ ਰਹੇ ਹਾਂ, ਯਾਨੀ ਕਿ ਜਿਹੜੀਆਂ ਔਨਲਾਈਨ ਕਾਰਗੋ ਵਗੈਰਾ ਭੇਜਦੇ ਹੋ। ਹਾਂਜੀ, ਇਹਦਾ ਕੀ ਤਰੀਕਾਕਾਰ ਹੁੰਦਾ, ਕਿੱਦਾਂ ਭੇਜਦੇ ਆ ਤੁਸੀਂ? ਭੇਜਦੇ ਆ ਇਸ ਤਰੀਕੇ ਨਾਲ, ਜਿਹੜਾ ਬੰਦਾ ਬਾਹਰ ਬੈਠਾ ਨਾ, ਸਾਡੇ ਅਕਾਊਂਟ 'ਚ ਪੈਸੇ ਲਵਾ ਦਿੰਦਾ ਹੈ। ਸਹੀ ਹੈ, ਅਸਾਂ ਉਹ ਅੱਗੋਂ ਪਾਕਿਸਤਾਨ ਦਾ ਜਿਹੜਾ ਉਹਦਾ ਭਾਈ ਜਾਂ ਪਿਓ ਜਿਹੜਾ ਵੀ ਬੈਠਾ, ਜਿੱਥੇ ਵੀ ਜਗ੍ਹਾ ਫਾਰਮ ਹੋਵੇ, ਜਿੱਥੇ ਉਹਨਾਂ ਦਾ ਘਰ ਹੋਵੇ, ਉਹਨਾਂ ਦੇ ਘਰ ਦਾ ਨੰਬਰ ਦਿੰਦੇ ਨੇ। ਸਹੀ ਹੈ, ਅਸਾਂ ਮਾਲ ਲੋਡ ਕਰਕੇ ਨਾਲ ਇੱਕ ਮੁਲਾਜ਼ਮ ਭੇਜੀਦਾ, ਮਾਲ ਤੋੜ ਪਹੁੰਚਾਈ ਦਾ, ਤੋੜ ਮਾਲ ਪਹੁੰਚਣਾ ਚਾਹੀਦਾ, ਮਾਲ ਫਾਰਮ ਤੱਕ ਜਾ ਕੇ ਜਾ ਤੇ ਹੁੰਦੇ ਆਪਣੀ ਜ਼ੇਰੇ ਨਗਰ ਜ਼ਿੰਮੇਵਾਰੀ, ਜਿੰਨਾ ਤੱਕ ਮਾਲ ਅਪੜੇਗਾ ਨਾ ਉਹਨਾਂ ਦੀ ਜ਼ਿੰਮੇਵਾਰੀ ਸਾਡੀ ਹੋ। ਸਹੀ ਹੋ ਗਏ, ਚਲੋ ਸਾਡੇ ਰੇਟ ਸ਼ੇਟ ਦੇਖਦੇ ਹਾਂ ਫੀਸ ਭਾਈ, ਅਤੇ ਲਾਈਕ ਕਮੈਂਟ ਸ਼ੇਅਰ ਲਾਜ਼ਮੀ, ਨਾਲੇ ਇਹਨਾਂ ਨੂੰ ਦੱਸਣਾ ਕਿ ਮਾਲ ਦੇ ਰੇਟ ਕੈਸੇ ਨੇ, ਬੜਾ ਅੱਛਾ ਹੁੰਦਾ ਮਾਲ। ਅਤੇ ਬਾਕੀ ਮਜ਼ੀਦ ਤੁਸੀਂ ਜਿਹੜਾ, ਤੁਹਾਡਾ ਵੀ ਬੜਾ ਤਜਰਬਾ ਹੈ। ਅੱਛਾ ਫੀਸ ਭਾਈ, ਇਹ ਮਾਸ਼ਾਅੱਲਾ ਨਵਾਂ ਲਿਆ ਕਿਤੇ? ਇਹ ਫਾਰਮ ਚੋਂ ਲਿਆ ਕੇ ਆਉਂਦਾ ਹੈ, ਇੱਥੇ ਘਰ ਲਿਜਾਣਾ ਬਰੀਡ ਵਾਸਤੇ। ਅੱਛਾ, ਬਰੀਡਰ ਆ ਜੀ? ਇਹਦਾ ਮੂੰਹ ਕਿੰਨਾ ਹੈਗਾ? ਉਹਨਾਂ ਦਾ ਹੁਣ ਹੋਇਆ ਬੱਚਾ ਯਾਰ, ਬੜਾ ਬਲਾਮ ਮਾਸ਼ਾਅੱਲਾ ਬੱਚਾ ਹੈਗਾ, ਬੜਾ ਤਕੜਾ ਹੈਗਾ, ਪਿਓਰ ਸਾਹੀਵਾਲ ਹੈਗਾ ਨਾ, ਝਾਲਰ ਵੇਖ, ਪਿਓਰ ਸਾਹੀਵਾਲ। ਇਹ ਸਰ ਫਾਰਮ ਕਿਸੇ ਦੇ ਚ ਲੈਣ ਜਾਂਦੇ ਰਹੇ ਨਾ, 3 ਲੱਖ ਤੋਂ ਘੱਟ ਮੁੱਲ ਨਹੀਂ ਕਿਸੇ ਦਾ। ਇਹ ਸਰ ਇਹ ਬੱਚਾ ਹੈ ਵੀ ਬੜਾ ਟੈਟ, ਹਲੇ ਹੁਣ ਹੋਇਆ ਦੁੰਦਾ, ਦੁੰਦਾ ਹੋਣਾ ਤੇ ਕੱਟ ਬੜਾ ਕਰੇਗਾ, ਉਹ ਬਹੁਤ ਕਰੇਗਾ। ਹਾਂਜੀ, ਛੱਲੇ ਨੇ ਚੌਕਾ ਹੋਣਾ, ਫਿਰ ਇਹਨੇ ਛਿੱਗਾ ਹੋਣਾ ਹੈ ਉਦੋਂ। ਇਹਦਾ ਮੁੱਲ ਸ਼ੁੱਲ ਕੀ ਆ? ਪਿਆਰ ਮੈਂ ਬਦਲਾ, ਰੇਟ ਅੱਛੇ ਦੇਣੇ ਆ, ਰੇਟ ਆਪਾਂ ਅੱਛੇ ਦੇਣਾ, ਰੇਟ ਇਸ ਤਰ੍ਹਾਂ ਦੇ ਦੇਣੇ ਆ ਕਿ ਮੱਖਣ ਹੋਵੇ, ਮੱਖਣ ਮੱਖਣ ਹੋਵੇ। ਦਰਸ਼ਨ ਕਰ ਲੋ ਸਵਾਰ ਕੇ, ਮਾਸ਼ਾਅੱਲਾ ਸੁਥਰਾ ਸੁਥਰਾ ਬੱਚਾ, ਚੰਗਾ ਤਕੜਾ ਮਾਸ਼ਾਅੱਲਾ। ਅੱਛਾ, ਹੋਰ ਮਾਲ ਵੀ ਹੈ ਆਪਣੇ? ਅੱਛਾ, ਵੇਚਦੀ ਆ ਕਿ ਘਰੂ ਦਿੱਤੀ? 90,000 ਦੀ, ਬੰਦੇ ਨੂੰ ਇੱਥੋਂ ਲੁੱਟਣ ਮੈਂ ਪਹੁੰਚ ਦੇਣੀ ਸੀ, ਤੋ ਬੰਦਾ ਇੱਥੇ ਆ ਗਿਆ ਲੈਣ, ਪੈਸੇ ਉਹਨੇ ਮੈਨੂੰ ਦੇ ਦਿੱਤੇ ਨੇ। ਅੱਛਾ, ਵੈਰੀ ਫੋਨ ਕਰ ਲੈ। ਅੱਛਾ, 90,000 ਰੁਪਏ ਦੀ ਦਿੱਤੀ ਹੈ, ਪਿਓਰ ਸਾਹੀਵਾਲ ਇਹਦੀ ਝਾਲਰ ਹੀ ਦੱਸਦੀ। ਇਹਦਾ ਮਾੜਾ ਮੂੰਹ ਅੱਗੋਂ ਇਹਨੂੰ ਕਰਨਾ ਥੋੜ੍ਹਾ ਜਿਹਾ, ਕਿਆ ਬਾਤ। ਅੱਛਾ, ਇਹਦੇ ਥਣ ਮਾਸ਼ਾਅੱਲਾ ਹੋਣ ਹੀ ਬੜੇ ਵੱਡੇ ਵੱਡੇ ਆ। ਮਾਲ ਮਹਿੰਗਾ ਹੁੰਦਾ ਵਾ ਜਾਂ ਮਾਲ ਵੱਡਾ ਹੁੰਦਾ? ਕੋਈ ਛੋਟਾ ਮਾਲ ਹੁੰਦਾ, ਛੋਟਾ ਮੁੱਲ ਹੁੰਦਾ, ਜਿਹੜਾ ਵੱਡਾ ਮਾਲ ਹੁੰਦਾ ਵੱਡਾ ਮੁੱਲ। ਕੱਦ ਕਾਠ ਦਾ ਸਾਈਜ਼? ਕੱਦ ਕਾਠ ਜਿਹੜਾ ਟੀਕੇ ਦੇ ਲੈ ਕੇ ਹੋਵੇ ਜਾਂ ਕ੍ਰਾਸ ਦੇ ਲੈ ਕੇ, ਉਹਦਾ ਮੁੱਲ ਉਹਦਾ ਹੀ ਹੋਣਾ, ਵੱਡਾ ਇਹਦਾ ਹੋਣਾ ਹੈ ਵੱਡਾ। ਸਾਰੀ ਗੱਲ ਹੈ, ਤੇ ਗੱਲ ਜਿਹੜੀ ਡੇਢ ਮਾਨ, ਜਿਹੜੀ 2 ਮਾਨ 2.5 ਮਾਨ ਜਿਹੜੀ ਵੱਛੀ ਹੁੰਦਾ ਉਹ 60,000, 55,000, 50,000 ਰੇਟ ਹੁੰਦਾ। ਯਾਨੀ ਕਿ ਉਹਨਾਂ ਦੀ ਉਮਰਾਂ ਦਾ ਫਰਕ ਹੁੰਦਾ, ਉਹਨਾਂ ਦਾ ਫਰਕ, ਉਹਨਾਂ ਨਾਲ ਲੱਗਣ ਵਾਲੀਆਂ ਵੈੜੀਆਂ ਲੱਗਣ ਵਾਲੀਆਂ। ਅੱਛਾ, ਇਹ ਜਿਹੜੀ ਹੈ ਵੀ ਆਪਣੀ ਹੈ? ਹਾਂਜੀ, ਚੋਲਸਤਾਨੀ ਦੋਵੇਂ ਆਪਣੀਆਂ। ਇਹਨਾਂ ਦਾ ਕੀ ਮੁੱਲ ਕਰ ਰਹੇ ਇਹਨਾਂ ਦਾ? ਇਹ ਜਿਹੜੀਆਂ 2 ਵੱਛੀਆਂ ਨੇ ਨਾ, ਹਾਂ ਹਾਂ, ਡੇਢ ਦੀਆਂ ਮਿਲਣਗੀਆਂ ਭਾਅ ਜੀ, ਅੱਜ ਪਿਓਰ ਚੋਲਸਤਾਨੀ ਹੈ, 2 ਦੀਆਂ ਮੂੰਹ 'ਚ ਵੇਚਦੀਆਂ, 2.5-2.5 ਸਾਲ ਉਮਰ ਹੈ, 2.5-2.5 ਸਾਲ ਮੂੰਹ 'ਚ ਦੋਨੀਆਂ। ਅਤੇ ਮੁੱਲ ਕੀ ਦੱਸਿਆ ਇਹਨਾਂ ਦਾ? 1.5 ਲੱਖ। 1.5 ਲੱਖ, 75,000 ਰੁਪਇਆ ਹੈ ਮਾਸ਼ਾਅੱਲਾ ਜੀ। ਹੁਣ ਲੱਗ ਸਕਦੀਆਂ? ਇਹ ਲਾਲ ਜਿਹੜੀ? ਅੱਛਾ, ਉਹ ਕਹਿੰਦਾ ਗੱਭਣ 3 ਮਹੀਨੇ ਦੀ? ਅੱਛਾ, ਚੰਡਾ ਜਾ ਗਿਆ ਤੇ ਸੱਲੀ ਆਪਾਂ ਨੂੰ ਕੋਈ ਨਹੀਂ, ਯਾਨੀ ਕਿ ਉਹ ਗੱਭਣ ਕਹਿ ਰਿਹਾ ਤੁਸੀਂ ਤੇ ਫੰਡਰ ਕਰਕੇ ਲਈ।
ਸਹੀ ਹੋ ਗਿਆ ਇਹ ਜੀ ਮਾਸ਼ਾਅੱਲਾ। ਆਹ ਜਿਹੜੀਆਂ ਅੱਗੇ ਆ ਦੂਸਰੀਆਂ ਸਹੀਵਾਲ ਆ, ਉਹਨਾਂ ਦਾ ਕੀ ਰੇਟ ਸ਼ੇਰ ਆ ਪੁੱਠੇ ਦਾ ਹਿਸਾਬ ਦੱਸ ਦੇ ਕੋਈ ਅਗਰ ਹੈ ਤੇ? ਉਹ ਮੈਂ ਦੱਸਣਾ ਤੁਹਾਨੂੰ, ਇਹ ਮਾਲ ਆ ਜੀ, ਕਲਰ ਚੈੱਕ ਕਰੋ, ਝਲਦਾ ਚੈੱਕ ਕਰੋ, ਇਹਨਾਂ ਦੀਆਂ ਉਮਰਾਂ ਮਾਸ਼ਾਅੱਲਾ। ਸੋਨੇ ਅਗਰਾ ਮਾਲ ਹੈ, ਬਿਲਕੁਲ ਇਸ ਤਰ੍ਹਾਂ ਹੀ ਆ, ਮੱਖਣ ਹੁੰਦਾ ਮਾਸ਼ਾਅੱਲਾ, ਮੱਖਣ ਮੰਡੀ ਦੇ ਵਿੱਚ ਵੀ ਇਸ ਤਰ੍ਹਾਂ ਦਾ ਬਹੁਤ ਸ਼ਾਜ਼ੋ ਨਾਦਰ ਜਾਨਵਰ ਆਉਂਦੇ ਆ। ਇਹ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਇਹਨਾਂ ਦੀਆਂ ਕੱਦ ਕਾਠ ਨੇ ਅੱਛੇ ਤਿਆਰ ਨੇ। ਇੱਕ ਦੋ ਜਾਨਵਰ ਖੋਲ ਲਓ, ਪੁੱਠੇ ਦਾ ਰੇਟ ਦਿਓ ਕੋਈ ਚੰਗਾ ਜਿਹਾ। ਪੰਜ ਛੇ ਵੈੜੀਆਂ 75,000 ਦਾ ਪੁੱਠਾ ਲੱਗੇਗਾ ਕੋਈ ਲਵ ਹੋ ਜਾਏਗਾ ਵਿੱਚ? ਸਰ ਜਿਹੜੀਆਂ ਵੱਡੀਆਂ ਵੱਡੀਆਂ ਨੇ ਨਾ, ਵਿੱਚ ਜਿਹੜੀ ਛੋਟੀ ਖੋਤੀ ਇਹ ਤੁਹਾਨੂੰ ਇਹ 65,000 ਦੀ ਮਿਲ ਜਾਏਗੀ ਵਿਚਲੀ, ਦੂਈਆਂ ਵੱਡੀਆਂ ਜਿਹੜੀਆਂ 75,000 ਛੋਟੀ ਯਾਨੀ ਕਿ 65 ਦੀ ਹੋ ਜਾਏਗੀ ਤੇ ਵੱਡੀਆਂ 75,000 ਜੀ। ਤੇ ਵੈੜੀਆਂ ਮਾਸ਼ਾਅੱਲਾ ਬਹੁਤ ਜ਼ਬਰਦਸਤ ਵੈੜੀਆਂ। ਕਦੋਂ ਤੱਕ ਲੱਗੇਗੀ? ਕਦੋਂ ਤੱਕ ਇਹ ਭਾਜੀ ਬੜਾ ਛੱਡੋ ਵਿੱਚ ਤੇ ਜਾਂਦੇ ਕ੍ਰਾਸ ਹੋ ਜਾਣਗੇ, 8-10 ਦਿਨਾਂ ਦੇ ਵਿੱਚ ਹੋ ਜਾਣਗੇ। ਅੱਛਾ, ਹਾਂਜੀ, ਜਵਾਨ ਆ ਯਾਨੀ ਕਿ ਹੁਣ ਫੁੱਲ ਵੈੜੀਆਂ। ਇਹ ਜੀ ਤੁਹਾਨੂੰ ਚੈੱਕ ਕਰਵਾ ਰਹੇ ਹਾਂ, ਵੈੜੀਆਂ ਦੇ ਦਰਸ਼ਨ ਕਰੋ, ਉੱਤੇ ਨੰਬਰ ਚੱਲ ਰਿਹਾ ਫੇਸ ਭਾਈ ਦਾ, ਇਰਫਾਨ ਭਾਈ ਦਾ। ਮਾਸ਼ਾਅੱਲਾ ਮਾਲ ਬੜਾ ਖੂਬਸੂਰਤ ਹੁੰਦਾ ਇਹਨਾਂ ਦੇ ਕੋਲ, ਇਹ ਚੈੱਕ ਕਰ ਸਕਦੇ ਹੋ। ਲੈ ਚਲੋ ਖੁੱਲੀ ਜਗ੍ਹਾ 'ਤੇ ਲੈ ਚੱਲੋ, ਬਚ ਕੇ ਥੋੜ੍ਹਾ ਜਿਹਾ ਇਹ ਚੀਜ਼ਾਂ ਜੀ। ਮਾਲ ਕਿਹਾ ਮਸਾਲੀ ਮਾਲ ਮਾਸ਼ਾਅੱਲਾ, ਜ਼ਬਰਦਸਤ ਸੋਹਣਾ ਮਾਲ ਆ ਮਾਸ਼ਾਅੱਲਾ। ਨੰਬਰ ਸ਼ੰਬਰ ਬੋਲੋ ਤੁਸੀਂ ਆਪਣਾ, ਮਾਲ ਤੁਹਾਡਾ ਓਕੇ ਆ ਮਾਸ਼ਾਅੱਲਾ। ਨੰਬਰ ਮੇਰਾ 0300-98-56-243, ਇਹ ਵਟਸਐਪ ਨੰਬਰ ਵੀ ਚੱਲਦਾ ਹੈ, ਸਹੀ ਹੋ ਗਿਆ, ਉਂਝ ਵੀ ਚੱਲਦਾ ਹੈ, ਇੱਕੋ ਨੰਬਰ ਹੈ ਮੇਰੇ, ਨੰਬਰ ਇੱਕ ਹੀ ਚੱਲ ਰਿਹਾ, ਦੂਸਰਾ ਇੱਕ ਇਰਫਾਨ ਭਾਈ ਦਾ। ਇਹ ਮੈਂ ਲਿਆਉਂਦੀਆਂ ਨੇ ਫਾਰਮ ਦੇ ਵਿੱਚੋਂ, ਫਾਰਮ ਤੋਂ ਲੈ ਘਰ ਜਾਣੀਆਂ ਨੇ, ਉੱਥੇ ਜਾ ਕੇ ਵਿੱਚ ਫਾਰਮ ਦੇ ਮਾਲ ਸੇਲ ਹੋਣਾ। ਉੱਥੇ ਆਨਲਾਈਨ ਹੀ ਕਰ ਰਹੇ ਹੋ? ਮਾਲ ਆਨਲਾਈਨ ਹੀ ਜਾ ਰਿਹਾ ਮਾਸ਼ਾਅੱਲਾ, ਠੀਕ ਹੋ ਗਿਆ ਜੀ। ਲਾਈਕ ਕਮੈਂਟ ਸ਼ੇਅਰ ਲਾਜ਼ਮੀ ਦੋਸਤੋ, ਨਾਲੇ ਜਿਨ੍ਹਾਂ ਨੂੰ ਮਾਲ ਪਸੰਦ ਆਵੇ ਭਰਾਵਾਂ ਨੂੰ, ਜਿਹੜੇ ਖਰੀਦਾਰ ਨੇ ਤਲਬਗਾਰ ਨੇ, ਰਾਬਤਾ ਕਰੋ ਹਰੂਨਾਬਾਦ ਸਿਟੀ ਫਾਰਮ। ਹਰੂਨਾਬਾਦ ਦੇ ਸ਼ਹਿਰ 'ਚ ਹੀ ਰਹਿੰਦੇ? ਹਰੂਨਾਬਾਦ 14 ਕਿਲੋਮੀਟਰ ਪੈ ਜਾਂਦਾ, ਕਾਜ਼ੀਆ ਰੋਡ ਅੱਡਾ ਮਖਦੂਮਾਬਾਦ ਸਾਡਾ ਸਟਾਪ ਆ, ਮਖਦੂਮਾਬਾਦ ਹਰੂਨਾਬਾਦ ਹੀ ਪੈ ਗਿਆ ਹਰੂਨਾਬਾਦ ਸਿਟੀ। ਠੀਕ ਹੈ ਜੀ, ਬਹੁਤ ਸ਼ੁਕਰੀਆ।